हेलो फ्रेंड्स थोड़ा बहुत बहुत स्वागत है पावर अप एकेडमी दी इस YouTube वीडियो उपर। अज दे ऊपर आज अपन गल करन लगया PCS 2023 दे एग्जाम दी ए अपनी ही सीरीज ऑलरेडी चल रही है PCS दी वीडियोस दी उस दी थर्ड वीडियो है तुसी ऑलरेडी साडे चैनल ते RTI वाली वीडियो एंड सिलेबस वाली वीडियो देख सकदे हो ठीक है जी तो अपन गल करन लगया लग PCS दी नोटिफिकेशन दे बारे ठीक है जी नोटिफिकेशन देखो ਜਿੱਕਰ ਯੋ ਗੱਲ ਇਹ ਹੈ ਕਿ ਆਲਰੇਡੀ ਤੁਹਾਨੂੰ ਪਤਾ ਐ ਐਜ਼ ਯੂ نو ਕਿ ਜੁਲਾਈ ਚੱਲ ਰਿਹਾ ਠੀਕ ਹੈ ਜੀ ਤੇ ਜੇ ਨੋਟੀਫਿਕੇਸ਼ਨ ਬਹੁਤ ਹੀ ਜਲਦੀ ਆਊਟ ਹੋਣ ਵਾਲਾ ਹੈ ਆਪਾਂ ਨੂੰ ਪਤਾ ਵੀ ਲੱਗੇਗਾ ਨੋਟੀਫਿਕੇਸ਼ਨ ਵੈਬਸਾਈਟ ਤੇ ਅਪਲੋਡ ਹੋ ਜਾਏਗਾ ਤੇ ਆਪਣਾ ਕਾਊਂਟਡਾਊਨ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਤਾਂ ਕੀ ਇਹ ਮਤਲਬ ਆਪਾਂ ਨੂੰ ਵੇਟ ਕਰਨਾ ਸਹੀ ਹੈ ਮੇ ਅਕੋਰਡਿੰਗ ਵੀ ਸ਼ੁੱਡ ਨਾਟ ਬੀ ਵੇਟਿੰਗ ਫੋਰ ਨੋਟੀਫਿਕੇਸ਼ਨ ਕਿਉਂ ਦੇਖੋ 2018 ਵਿੱਚ ਆਇਆ ਸੀ ਹੈਨਾ 2018 ਵਿੱਚ ਉਸ ਤੋਂ ਬਾਅਦ 2022 ਚ ਠੀਕ ਹੈ ਜੀ ਤਾਂ 2022 ਚ ਉਸ ਤੋਂ ਬਾਅਦ ਆ ਗਿਆ ਸੀ ਕਰੋਨਾ ਠੀਕ ਹੈ ਜੀ ਕਰੋਨਾ ਕੋਵਿਡ ਕਰਕੇ ਕਰੋਨਾ ਕਰਕੇ ਹੋ ਸਕਦਾ ਹੈ ਕਿ ਲੇਟ ਹੋ ਗਿਆ ਪਰ 2023 ਆ ਗਿਆ ਜੀ 2023 ਮੀਨਸ ਹੁਣ ਨਹੀਂ ਤਾਂ ਕਦੋਂ ਠੀਕ ਹੈ ਸਪਟੈਂਬਰ ਨਹੀਂ ਅਕਤੂਬਰ ਵੱਧ ਤੋਂ ਵੱਧ ਵਰਸ਼ ਕੇਸ ਸਿਨੈਰੀਓ ਮੰਨ ਲਈਏ ਕਿ ਨੋਟੀਫਿਕੇਸ਼ਨ ਦਸੰਬਰ ਚ ਆਈਏ ਥੈਟ ਇਜ਼ ਅ ਵਰਸ਼ ਕੇਸ ਸਿਨੈਰੀਓ ਕੁਝ ਅਨਫੋਰਸੀਡ ਇਵੈਂਟਸ ਹੋ ਗਏ ਜਿੱਦੇ ਅਰਕੇ ਸਪੋਜ਼ ਕਰੋ ਲੇਟ ਹੋ ਗਈ ਨੋਟੀਫਿਕੇਸ਼ਨ ਪਰ ਕੀ ਦਾ ਮਤਲਬ ਹੈ ਕਿ ਆਪਾਂ ਤਿਆਰੀ ਵੀ ਉਸ ਟਾਈਮ ਸ਼ੁਰੂ ਕਰਨੀ ਹੈ ਠੀਕ ਹੈ ਜੀ ਇਹ ਬਿਲਕੁਲ ਗਲਤ ਸਟ੍ਰੈਟਜੀ ਹੋਏਗੀ ਅਗਰ ਕੋਈ ਤੁਹਾਨੂੰ ਕਹਿੰਦਾ ਹੈ ਕਿ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਤਿਆਰੀ ਸ਼ੁਰੂ ਕਰੋ ਸਾਡੇ ਸਟੂਡੈਂਟ ਸੀ ਸਾਨੂੰ ਕਹਿੰਦੇ ਕਿ ਸਰ ਮੈਂ ਤਾਂ ਤਿਆਰੀ ਤਾਂ ਹੀ ਸ਼ੁਰੂ ਕਰ ਸਕਦਾ ਜਦੋਂ ਨੋਟੀਫਿਕੇਸ਼ਨ ਆਊਗੀ ਕਿਉਂਕਿ ਮੈਨੂੰ ਮੋਟੀਵੇਸ਼ਨ ਮਿਲਦਾ ਹੈ ਮੋਟੀਵੇਸ਼ਨ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਇਹ ਵੀਡੀਓ ਬਣਾ ਰਿਹਾ ਤੁਸੀਂ ਇਸ ਵੀਡੀਓ ਨੂੰ ਇਦਾਂ ਹੀ ਟ੍ਰੀਟ ਕਰੋ ਕਿ ਨੋਟੀਫਿਕੇਸ਼ਨ ਆ ਚੁੱਕੀ ਹੈ ਇਸ ਵੀਡੀਓ ਨੂੰ ਨੋਟੀਫਿਕੇਸ਼ਨ ਮੰਨੋ ਤੇ ਮੋਟੀਵੇਸ਼ਨ ਲੋ ਤੇ ਤਿਆਰੀ ਸਟਾਰਟ ਕਰੋ ਠੀਕ ਹੈ ਜੀ ਤਿਆਰੀ ਸਟਾਰਟ ਤੁਸੀਂ ਕਿਵੇਂ ਕਰ ਸਕਦੇ ਹੋ கரنٹ ਅਫੇਅਰਸ ਕਰੋ ਪ੍ਰੋਪਰ ਤਰੀਕੇ ਨਾਲ ਠੀਕ ਹੈ ਜੀ ਆਪਾਂ ਦੇਖਦੇ ਹਾਂ ਜਿਵੇਂ ਨਾਇਬ ਸਿਲਦਾਰ ਦਾ ਇਗਜ਼ਾਮ ਹੋਇਆ ਹੈ ਜਾਂ ਪੀਪੀਐਸਸੀ ਇਗਜ਼ਾਮਸ ਲੈ ਰਹੀ ਹੈ ਇਹਦੇ ਵਿੱਚ ਕਰੰਟ ਅਫੇਅਰਸ ਕਾਫੀ ਐਡਵਾਂਸ ਲੈਵਲ ਦੇ ਪਾਰੀ ਹੈ ਯੂਪੀਐਸਸੀ ਲੈਵਲ ਦੇ ਕਰੰਟ ਅਫੇਅਰਸ ਆ ਰਹੇ ਨੇ ਜੀ ਠੀਕ ਹੈ ਜੀ ਤੇ ਇਸ ਕਰੰਟ ਅਫੇਅਰ ਨੂੰ ਤਿਆਰ ਕਰਨਾ ਕੋਈ ਬਹੁਤ ਮਤਲਬ ਇਦਾਂ ਦੀ ਗੱਲ ਨਹੀਂ ਕਿ ਕੋਈ ਵੀ ਮੂੰ ਚੱਕ ਕੇ ਆ ਗਿਆ ਤਿਆਰੀ ਕਰ ਲਈ ਇਦਰ ਇੱਕ ਬਹੁਤ ਹੀ ਜ਼ਿਆਦਾ ਵੈਲ ਸਟਰਕਚਰਡ ਪ੍ਰੋਪਰ ਪਲਾਨ ਸਟ੍ਰੈਟਜੀ ਚਾਹੀਦੀ ਹੈ ਕਿਉਂਕਿ ਦੇਖੋ ਅੱਜ ਆਪਾਂ ਇੰਨੇ ਸੀਰੀਅਸ ਨਾ ਹੋਈਏ ਸ਼ਾਇਦ ਤੇ ਲੈਕ ਆਫ ਸੀਰੀਅਸਨਸ ਕਰਕੇ ਪੂਰਾ ਫਿਊਚਰ ਖਰਾਬ ਕਰ ਸਕਦੇ ਆ ਜੀ ਬਿਕੋਜ਼ ਇਹ ਮੌਕਾ ਖਾਸ ਕਰਕੇ ਪੰਜਾਬ ਵਿੱਚ ਆਪਾਂ ਦੇਖਦੇ ਆ ਦੋ ਦੋ ਤਿੰਨ ਤਿੰਨ ਸਾਲ ਬਾਅਦ ਆ ਰਿਹਾ ਹੈ ਠੀਕ ਹੈ ਤੇ ਦੋ ਤਿੰਨ ਸਾਲ ਹੋ ਸਕਦਾ ਹੈ ਕਿ ਕਈ ਕੈਂਡੀਡੇਟਸ ਦੀ ਉਮਰ ਟੱਪ ਜੇ ਅਪਲਾਈ ਕਰਨ ਦੀ ਜਾਂ ਕਈ ਕੈਂਡੀਡੇਟਸ ਫੀਮੇਲ ਕੈਂਡੀਡੇਟਸ ਸਪੈਸੀਫਿਕਲੀ ਉਹ ਕਹਿੰਦੀਆਂ ਨੇ ਸਾਨੂੰ ਕਿ ਸਰ ਸਾਡਾ ਵਿਆਹ ਕਰ ਦਨਗੇ ਹੋ ਸਕਦਾ ਵੀ ਆ ਤੁਹਾਨੂੰ ਬਹੁਤ ਤਿਆਰੀ ਦਾ ਟਾਈਮ ਨਹੀਂ ਮਿਲਦਾ ਤਾਂ ਬਹੁਤ ਫੈਕਟਰਸ ਕਰਕੇ ਕੀਵਰ ਪੇਰੈਂਟਸ ਅਫੋਰਡ ਨਹੀਂ ਕਰ ਸਕਦੇ ਤੇ ਤੁਹਾਨੂੰ ਬੁਲਾ ਲੈਂਦੇ ਆ ਕਿ ਘਰ ਆਓ business ਸੰਭਾਲੋ ਦੁਕਾਨ ਸੰਭਾਲੋ ਖੇਤੀਬਾੜੀ ਕਰੋ ਉਹ ਸਭ ਫੈਕਟਰਸ ਕਰਕੇ ਤੁਸੀਂ ਇਹ 골ਡਨ ਚਾਂਸ ਨਾ ਗਵਾਓ ਤੇ ਅਗਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਸੀਰੀਅਸ ਹੋ ਤਾਂ ਸਾਨੂੰ ਕੰਟੈਕਟ ਕਰੋ ਇਸ ਨੰਬਰ ਤੇ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਵੀਡੀਓਜ਼ ਦੇ ਵਿੱਚ ਕਿਸੇ ਵਾਰੀ ਆਪਸ਼ਨਲ ਐਡ ਕਰਨ ਦੀ ਉਮੀਦ ਹੈ ਤੇ ਸੀ ਸੈਟ सीट क्वालीफाई ਕਰਨ ਦੀ ਉਮੀਦ ਹੈ ਠੀਕ ਹੈ ਜੀ ਇਹ ਪੱਕੀ ਨਿਊਜ਼ ਨਹੀਂ ਹੈ ਪਰ ਇਹ एक्सपेक्टेड ਹੈ ਤਾਂ ਆਪਾਂ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਆਪਣੀ ਤਿਆਰੀ ਥੋੜੀ ਚੇਂजेस ਕਰ ਸਕਦੇ ਹਾਂ ਪਰ ਜਿਹੜੀ ਬੇਸਿਕ ਤਿਆਰੀ ਓਵਰਆਲ ਪ੍ਰੀਲਿਮਸ ਜੀਐਸ 1 ਤੇ ਬਾਕੀ ਪੇਪਰ ਸਾਰੇ ਹੋ ਤਾਂ ਸੇਮ ਹੀ ਨੇ ਸੇਮ ਹੀ ਰਹਿਣਗੇ ਤਾਂ ਉਹ ਤਿਆਰੀ ਸ਼ੁਰੂ ਕਰ ਦਿੰਦੇ ਆਪਾਂ ਤੁਸੀਂ ਕੰਟੈਕਟ ਕਰੋ ਸਾਨੂੰ ਬੈਚ ਸਾਡੇ ਚੱਲ ਰਹੇ ਨੇ ਆਲਰੇਡੀ ਮਾਰਨਿੰਗ ਬੈਚ ਹੈ ਈਵਨਿੰਗ ਬੈਚ ਹੈ ਔਨਲਾਈਨ ਲਾਈਵ ਬੈਚ ਚੱਲਦੇ ਨੇ ਤੇ ਸੋ ਸੋਪਲਟਰੀ ਨੂੰ ਸ਼ੁਰੂ ਕਰੋ ਇਸ ਵੀਡੀਓ ਚਨਾਈ ਸੀ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਥੈਂਕ ਯੂ ਚਲੋ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਵਿੱਚ ਨੈਕਸਟ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜੀ ਚਲੋ ਬਾਏ ਬਾਏ